ਅਸੀਂ ਤਾਂ ਜਿਉਂ ਸਾਡੀ ਸੁਰਤ ਸੰਭਲੀ ਆ ਸਾਡਾ ਨਹੀਂ ਕੰਮ ਕਿਹੜਾ ਛੁੱਟਿਆ ਗਾ। ਬਗਾਨਾ ਕੰਮ ਵੀ ਬਹੁਤ ਕੀਤਾ, ਹਾੜੀਆਂ ਸੌਣੀਆਂ ਵੀ ਬਹੁਤ ਵੱਢੀਆਂ, ਪਰ ਅਜੇ ਤਾਂ ਅਸੀਂ ਸੁੱਖ ਨਹੀਂ ਸਾਨੂੰ। ਹਾਂ ਵੀ ਬਹਿ ਕੇ ਖਾ ਲਾਂਗੇ। ਛੁੱਟੀ ਮਿਲੀ ਸੈੱਟ ਕੇ ਆਈ ਵਿਚਾਰੀ, ਹੋਰ ਹੁਣ ਚਾਹ ਵੀ ਨੀ ਘਰੇ ਸੱਪੀ ਕੇ ਆਏ, ਸੈਕਟਰੀ ਨੇ ਅਜੇ ਭੱਜ ਜਾਈਏ ਹੁਣ ਫੇਰ ਕੰਮ ਨੂੰ, ਚਾਹ ਵੀ ਚਾਹ ਤੋਂ ਬਿਨਾਂ ਵੀ ਆ ਗਏ। ਹਾਂ ਕੀ ਕਰਕੇ ਫਿਰ ਵੀਰਾ ਮਜ਼ਬੂਰੀ ਮਾਰਦੇ ਆ, ਮਜ਼ਬੂਰੀ ਮਾਰਦੀ ਬਾਈ। ਕਹਿੰਦੇ ਉੱਥੇ ਜਾਣਾ ਪੈਂਦਾ ਸਾਨੂੰ, ਦੂਰ ਨੇੜੇ ਵੀ ਜਾਣਾ ਪੈਂਦਾ, ਕਦੇ 10 ਰੁਪਏ ਦੇ ਕੇ ਵੀ ਜਾਣਾ ਪੈਂਦਾ ਜਦੋਂ ਕੰਮ ਆ ਜਾਂਦਾ, ਫਿਰ ਕੀ ਕਰੀਏ ਫਿਰ ਹੁਣ। ਹਾਂ ਖਹਿੜਾ ਛੁੱਟ ਜੇ ਤਾਂ ਫਿਰ ਤਾਂ ਚੱਲ ਬੰਦਾ ਸੌਖਾ, ਡਾਕਟਰ ਤੋਂ ਖਹਿੜਾ ਨਹੀਂ ਨਾ ਛੁੱਟਦਾ, ਦਵਾਈਆਂ ਬੂਟੀਆਂ ਲੋਟ ਆਉਂਦੀਆਂ, ਕੀ ਕਰੀਏ। ਦਿਹਾੜੀਆਂ ਦੇ ਵਿੱਚ ਤਾਂ ਦਵਾਈਆਂ ਲੈਣੀਆਂ ਹੀ ਔਖੀਆਂ ਹੋਈਆਂ ਨੇ, 10 ਰੁਪਈਆਂ ਦੀ ਬਾਈ ਚੀਜ਼ ਤਾਂ ਕੋਈ ਲੈ ਕੇ ਖਾਧੀ ਨਹੀਂ, ਢਿੱਡ ਜਿਹੀ ਪਾਈ ਜਾਂਦੀ, ਡਾਕਟਰ ਹੀ ਪਲਦੇ ਆ। ਨਹੀਂ ਡਾਕਟਰ 3-4 ਮਹੀਨੇ 'ਚ ਚੀਜ਼ ਦੇਣ ਲੱਗੇ ਤਾਂ ਕੀ ਉਹ 'ਚ ਦਵਾਈਆਂ ਖਾ ਲਈਆਂ ਤਾਂ ਕੀ ਉਹਦੇ 'ਚੋਂ ਅਸੀਂ ਵਰਤ ਲਿਆ ਘਰੇ, ਲੀੜਾ ਲੱਤਾ ਬਣਾ ਲਿਆ। ਹੈਂ ਦੱਸ ਤੂੰ ਵੀ ਕੰਮ ਕਿਹੜੇ ਆ ਇਹ, ਫਿਰ ਅਸੀਂ ਜ਼ਿਮੀਂਦਾਰਾਂ ਦੇ ਕੰਮ ਕਰਾਂਗੇ। ਹੈਂ ਜਦੋਂ ਕੋਈ ਕੰਮ ਚੱਜ ਨਾਲ ਮਿਲਦਾ ਹੀ ਨਹੀਂ ਨਰੇਗਾ ਦਾ, ਚੱਲ ਜੇ ਕੰਮ ਮਿਲੀ ਜਾ ਫਿਰ ਵੀ ਅਗਲਾ ਆਖ ਦਿੰਦਾ ਵੀ ਕਰੀ ਚੱਲੋ ਭਾਈ। ਹਾਂ ਉਹ ਵੀ ਨਹੀਂ ਕਹਿੰਦੇ ਦਿਹਾੜੀ ਨਹੀਂ, ਦਿਹਾੜੀ ਤਾਂ ਲੱਗਦੇ ਨਹੀਂ, ਦਿਹਾੜੀ ਹੁੰਦੀ ਨਹੀਂ, ਦਿਹਾੜੀ ਕਰਾਂਗੇ ਕਿਵੇਂ? ਉਹ ਕਿਸੇ ਸਿਆਣੇ ਨੇ ਕਵੀ ਨੇ ਕਿਹਾ ਸੀ, ਕਹਿੰਦਾ ਗਾਣੇ 'ਚ ਕਿਸੇ ਨਾ ਕਿਸੇ 'ਚ ਤੱਤ ਹੁੰਦਾ ਜੇ ਸੁਣੀਏ ਤਾਂ, ਅੱਗੇ ਕਾਹਨੂੰ ਆਈਆਂ ਗਰੀਬ ਅਤੇ ਜਵਾਨੀਆਂ ਨਹੀਂ ਅੱਗੇ ਫਿਕਰਾਂ 'ਚ ਮੁੱਕ ਜਾਏਗੀ। ਉਹ ਗੱਲ ਆ ਫਿਕਰਾਂ 'ਚ ਹੀ ਆ ਗਈ। 71ਵੀਂ ਸਾਲ ਮੈਨੂੰ ਲੱਗੀ ਵੀ ਹੈ, ਹਾਰਟ ਦਾ ਮਰੀਜ਼ ਹੈ, ਆਦੇਸ਼ 'ਚੋਂ ਦਵਾਈ ਚੱਲਦੀ ਹੈ, 1,000 ਰੁਪਏ ਦੀ ਦਵਾਈ ਦੱਸ ਦਿੰਦੀ ਹੈ, 100 ਰੁਪਇਆ ਡੇਲੀ ਦਾ, 3,000 ਹੋ ਗਿਆ ਮਹੀਨੇ ਦਾ, 3,000 ਮਹੀਨੇ ਦਾ। ਅਤੇ ਸਾਡੇ ਜੇ ਕੋਈ ਪਿਲਸਣ ਵੀ ਆਉਂਦੀ ਹੈ ਤਾਂ ਉਹ ਵੀ ਮਹੀਨਾ ਲੇਟ, ਇਸ ਮਹੀਨੇ ਦੀ ਅਗਲੇ ਮਹੀਨੇ 'ਚ ਦੇਣਗੇ, ਉਹ ਵੀ 28-29 ਤਰੀਕ ਨੂੰ। 3,000 ਦੀ ਦਵਾਈ ਹੋ ਗਈ। ਹਾਂ ਅਤੇ ਰੋਟੀ ਪਾਣੀ ਵੀ ਖਾਣਾ, ਰੋਟੀ ਟੁੱਕ ਵੀ ਖਾਣਾ, ਟਿੱਕਾ ਵੀ ਖਾਣਾ, ਚਾਹ ਪਾਣੀ ਵੀ ਪੀਣਾ ਹੈ, ਕਿਤੇ ਰਿਸ਼ਤੇਦਾਰੀ 'ਚ ਵੀ ਜਾਣਾ, ਲੀੜੇ ਕੱਪੜੇ ਵੀ ਧੋਣੇ ਹੈ, ਕੁੜੀ ਬਾਲ ਬੱਚੇ ਵੀ ਆ, ਉਹਨਾਂ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ, ਬਹੁਤ ਕੁਛ ਹੁੰਦਾ, ਸਮੱਸਿਆ ਤਾਂ ਆਈਆਂ ਰਹਿੰਦੀਆਂ। ਗਰੀਬ ਦੇ ਤੈਨੂੰ ਪਤਾ ਕਦੇ ਕਿਸੇ ਦੇ ਲੱਗ ਗਿਆ, ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਨਜ਼ਲਾ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ, ਇਹ ਤਾਂ ਚੱਲਦੀ ਰਹਿੰਦੀ ਹੈ। ਨਹੀਂ ਤਾਂ ਆਹ ਸਾਡਾ ਹਾਲ ਆ, ਆਹ ਕੱਪੜੇ ਪਾਉਣ ਵਾਲੇ ਸਾਡੇ ਕੋਈ, ਐਸੀਆਂ ਤਾਂ ਅਸੀਂ ਵੀ ਬਹਿ ਸਕਦੇ, ਜੱਟਾਂ ਦੀ ਦਿਹਾੜੀ ਕਰਦੇ ਜੀ, ਇਹ ਤਾਂ ਜੀ ਨਰੇਗਾ 'ਚ ਤੁਰੇ ਫਿਰਦੇ, ਇਹਨਾਂ ਨੇ ਤਾਂ ਮੌਜ ਬਣ ਗਈ। ਆਹ ਦਾਲ ਆਟਾ ਦੇਣ ਲੱਗ ਗਈ ਸਰਕਾਰ, ਕਾਹਦੀ ਦੇਣ ਲੱਗ ਗਈ, ਇਹਨਾਂ ਦਾ ਐਸ ਹੋ ਗਈ। ਉਹ ਦਾਲ ਪਾਣੀ ਬੰਦ ਕਰਨ, ਸਾਨੂੰ ਊਂ ਦੇਣ ਕੁਛ, ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ। ਜੇ ਸਾਨੂੰ ਰੁਜ਼ਗਾਰ ਨਹੀਂ ਦੇ ਰਹੇ ਤਾਂ ਫਿਰ ਖੂਹ 'ਚ ਛਾਲ ਮਾਰਨੀ ਚਾਹੀਦੀ ਹੈ ਸਾਡੇ ਅਤੇ ਉਹਨਾਂ ਨੂੰ, ਤੇ ਸਾਨੂੰ ਨਾਲ ਸਰਕਾਰ ਸਾਨੂੰ ਧੱਕੇ ਮਾਰ ਕੇ ਖੂਹ ਸੁੱਟ ਦੇਵੇ। ਗਰੀਬ ਕੀ ਕਰਨਗੇ? 70-70 ਸਾਲ ਦੀਆਂ ਕੁੜੀਆਂ ਬੁੜੀਆਂ ਖੜੀਆਂ ਕੰਮ ਵਾਲੀਆਂ, ਆਹ ਲੱਤ ਤੋਂ ਹੀਣ ਹੈ, ਰਾੜ ਪਿਆ, ਬਜ਼ੁਰਗ ਆਦਮੀ ਹੈ, 65 ਸਾਲ ਦਾ ਹੋ ਗਿਆ, ਕੀ ਕਰੇ? ਆ ਦੱਸੋ ਵੀ ਇਹ ਕੀ ਕਰੂਗਾ ਹੁਣ? ਅਕਸਰ ਮਰੇ ਨੂੰ ਗਰੀਬੀ 'ਚ ਆਉਣਾ ਪੈਂਦਾ। ਨੌਜਵਾਨ ਪੁੱਤ ਸੀ, ਐਕਸੀਡੈਂਟ ਹੋ ਕੇ ਮਰ ਗਿਆ, ਕੇਸ 'ਤੇ ਝਗੜੇ ਲਾਈ ਜਾਂਦਾ, ਤੇਥੋਂ ਫੜ ਮੇਥੋਂ ਫੜ, ਕੀ ਕਰੇ? ਮਜਬੂਰੀ ਹੈ, ਇਹ ਪੇਟ ਕਰਾਉਂਦਾ, ਕੀ ਕਰੀਏ? ਬਸ ਨਹੀਂ ਕੋਈ ਬਸ ਨਹੀਂ ਚੱਲਦਾ ਭਰਾਵਾ। ਨਰੇਗਾ ਵਾਲੇ ਤਾਂ ਇੱਥੇ ਮੇਰਾ ਖਿਆਲ ਹੈ ਵੀ ਚੇਤ ਦੇ ਮਹੀਨੇ ਤੋਂ ਲਾ ਕੇ ਅੱਜ ਸੌਣ ਚੜ੍ਹ ਗਿਆ, ਅੱਜ ਪਹਿਲਾ ਦਿਨ ਆ ਸਾਡਾ, ਅਤੇ ਦਿਨ ਅੱਜ ਮੇਰੇ ਤਾਂ 2 ਹੀ ਲੱਗੇ ਅੱਜ, ਅਤੇ ਇਹਨਾਂ ਦੇ 5-5, 7-7 ਦਿਨ ਲੱਗੇ ਸਾਰੇ। ਦੱਸੋ ਕੀ ਕਰਾਂਗੇ, ਕੀ ਉਹਦੇ 'ਚ ਕੀ ਖਾਊਗਾ, ਕੀ ਅਤੇ ਕੰਮ ਕਿੱਥੋਂ ਕਰੂਗਾ? ਮਜ਼ਬੂਰੀ ਨਹੀਂ। ਹਾਂ